ਪੰਜਾਬੀ ਸਾਂਝ ਟੀਵੀ ਚੈਨਲ ਮੈਂ ਹਾਂ ਜਗਜੀਤ ਬਾਰੂ ਸਿੰਘ ਸੱਗੂ। ਜਾਣੀ ਕਿ ਲੇਬਰ ਡੇ ਮਜ਼ਦੂਰ ਦਿਹਾੜਾ ਜਿਹੜਾ ਹੈ ਉਹ ਸੰਸਾਰ ਭਰ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸੋ ਕੱਲ੍ਹ ਵੀ ਜਿਹੜਾ ਬੜੇ ਬਠਿੰਡਾ ਸ਼ਹਿਰ ਜਿਵੇਂ ਅਜਨਾਲਾ ਜਾਂ ਕਿਲ੍ਹਾ ਰਾਏਪੁਰ ਹੋਰ ਸੰਸਾਰ ਪੱਧਰ 'ਤੇ ਇਹ ਜਿਹੜਾ ਮਜ਼ਦੂਰ ਡੇ ਸੀ ਉਹ ਬੜਾ ਉਤਸ਼ਾਹ ਦੇ ਨਾਲ ਮੁਲਾਜ਼ਮਾਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਟੋਟਲ ਲੇਬਰ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ। ਕਿਉਂਕਿ ਆਪਾਂ ਜਾਣਦੇ ਹਾਂ ਕਿ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਇਸ ਦਿਨ ਜਿਹੜੇ ਸ਼ਹੀਦ ਸਾਡੇ ਮਜ਼ਦੂਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਜਿਹੜੀ ਸਾਡੀ ਦਿਹਾੜੀ ਹੈ ਉਹ 8 ਘੰਟੇ ਬਣਾਈ ਸੀ। ਕਿਉਂਕਿ ਉਸ ਸਮੇਂ ਕਾਰਪੋਰੇਟ ਘਰਾਣੇ ਜਿਹੜੇ ਸੀ ਉਹ ਮਜ਼ਦੂਰਾਂ ਦੇ ਪੈਰ ਨਹੀਂ ਸੀ ਲੱਗਣ ਦਿੰਦੇ। ਸੋ ਉਹਨੇ ਕੁਰਬਾਨੀਆਂ ਸਦਕੇ ਹੀ ਜਿਹੜਾ ਅੱਜ ਆਪਾਂ ਦਿਹਾੜੀਦਾਰ ਬੰਦੇ ਹਾਂ ਜਾਂ ਮੁਲਾਜ਼ਮ ਹਾਂ ਆਪਣੇ ਦਫ਼ਤਰਾਂ ਦੇ ਵਿੱਚ ਜਾਂਦੇ ਹਾਂ, ਜਿਹੜਾ 8 ਘੰਟੇ ਦਾ ਸਮਾਂ ਹੈ ਉਹਨਾਂ ਦਾ ਹੀ ਸਮਾਂ ਜਿਹੜਾ ਨਿਯਤ ਕੀਤਾ ਗਿਆ ਹੈ। ਅਤੇ ਉਹ ਜਿਹੜਾ ਸਮਾਂ 8 ਘੰਟਾ ਦਾ ਉਹਨਾਂ ਨੇ ਹੀ ਆਪਾਂ ਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਦਵਾਇਆ ਹੈ। ਸੋ ਬਹੁਤ ਹੀ ਜਗ੍ਹਾ ਦੇ ਵਿੱਚ ਸਾਡੇ ਕੋਲ ਰਿਪੋਰਟਾਂ ਆਈਆਂ, ਜਿਸ ਤਰ੍ਹਾਂ ਬਠਿੰਡਾ ਸ਼ਹਿਰ ਦੇ ਵਿੱਚ ਵੀ ਉਹਨਾਂ ਮਜ਼ਦੂਰਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਲਾਲ ਫਰੇਰੇ ਲਹਿਰਾਏ ਗਏ ਨੇ। ਇਸ ਤੋਂ ਇਲਾਵਾ ਜੇ ਅਜਨਾਲਾ ਦੀ ਗੱਲ ਕਰੀਏ ਅਜਨਾਲਾ ਸ਼ਹਿਰ ਦੇ ਵਿੱਚ ਵੀ, ਅਤੇ ਉਸ ਤੋਂ ਇਲਾਵਾ ਜੇ ਕਿਲ੍ਹਾ ਰਾਏਪੁਰ ਜਾਣੀ ਜ਼ਿਲ੍ਹਾ ਲੁਧਿਆਣੇ ਦੇ ਇੱਕ ਕਸਬੇ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਜਿਹੜਾ ਲੇਬਰ ਡੇ ਹੈ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸੋ ਆਓ ਵਿਖਾਉਂਦੇ ਹਾਂ ਤੁਹਾਨੂੰ ਪੰਜਾਬੀ ਸਾਂਝ ਟੀਵੀ ਚੈਨਲ ਦੇ ਜ਼ਰੀਏ। ਪਰੇਸ਼ਾਨ ਅਸੀਂ ਅਨਗੜ ਅੱਜ ਵੀ ਆਏ ਹਾਂ ਮਈ ਜਨਤਾ ਸੰਤ ਅਤੇ ਹੁਣ ਵੀ ਮਾਰਚ ਕਰਕੇ ਤੁਹਾਡੇ ਸ਼ਾਮਿਲ ਹੋਏ ਹਾਂ। ਮੈਂ ਇਸ ਗੱਲ 'ਤੇ ਹੈਰਾਨ ਹਾਂ ਕਿ ਲੋਕ ਇਸ ਜਬਰ 'ਤੇ ਜੁਲਮ ਦੇ ਖਿਲਾਫ ਉੱਠ ਕਿਉਂ ਨਹੀਂ ਰਹੇ। ਅੱਜ ਅਸੀਂ ਇਸ ਗੱਲ ਦੀ ਹੈ ਕਿ ਜੇ ਸਰਕਾਰ ਅਲਾਟ ਕਰਦੀ ਆ ਕਿ 8 ਵਜੇ ਦੁਕਾਨਾਂ ਬੰਦ ਕਰੋ, ਦੁਕਾਨਦਾਰ ਛੱਟ ਛੱਡ ਦਿੰਦੇ ਆ, 6 ਵਜੇ ਕਹਿੰਦੇ 6 ਵਜੇ ਛੱਡ ਦਿੰਦੇ ਆ, 5 ਵਜੇ ਕਹਿੰਦੇ 5 ਵਜੇ ਛੱਡ ਦਿੰਦੇ ਆ, ਅਤੇ ਜਦ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਇਹ ਸਭ ਤੋਂ ਸਭ ਗਿਲਮਥੀ ਸਾਜਤ ਆ, ਇਹ ਸਾਡੇ ਕਿਸਾਨੀ ਸੰਘਰਸ਼ ਨੂੰ ਤਾਰੋ ਪੀਟ ਕਰਨ ਲਈ, ਤਾਂ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਸਕੇ, ਲੋਕਾਂ ਨੂੰ ਡਰਾ ਕੇ ਉਹਨਾਂ ਦੇ ਘਰਾਂ 'ਚ ਵੜਾ ਜਾ ਸਕੇ। ਅਤੇ ਜਿਹੜੇ ਕਰੋਨਾ ਦੀ ਗੱਲ ਕਰੀਏ ਤਾਂ ਵੀ ਇੱਕ ਕਾਰਪੋਰੇਟ ਘਰਾਂ ਦੇਣ, ਆ ਤੁਸੀਂ ਜਾਨਤ ਹਸਪਤਾਲ ਚਲੇ ਜਾਓ, ਅਸੀਂ ਉੱਥੇ ਜਾਂਦੇ ਰਹਿੰਦੇ ਹਾਂ, ਇੱਕ 70,000 ਰੁਪਇਆ ਫੀਸ ਜਿਹੜੀ ਆ ਸਿਰਫ ਫਾਇਲ ਬਣਾਉਣ ਦੇ, ਜੇ ਕਿਸੇ ਨੂੰ ਕਰੋਨਾ ਹੋ ਜਾਂਦਾ ਕਿ ਤੂੰ ਕਿੱਥੇ ਦਾ ਹੈਗਾ, ਕਿੱਥੇ ਤੇਰੀ ਹੈ, ਤਾਂ ਸਿਰਫ ਫਾਇਲ ਬਣਾਉਣ ਦੀ, ਅਤੇ ਜਿਹੜਾ ਉਹਦਾ ਇਲਾਜ ਆ ਉਹ 12-13 ਲੱਖ ਤੋਂ ਥੱਲੇ ਸੁੱਟਦਾ, ਅਤੇ ਫਿਰ ਵੀ ਤਰਾਸਦੀ ਆ ਕਿ ਬੰਦਾ ਵਾਪਸ ਨਹੀਂ ਮੁੜ ਸਕਦਾ ਉੱਥੋਂ। ਇਸ ਕਰਕੇ ਸਾਨੂੰ ਇਸ ਗੱਲ ਦੀ ਵੀ ਲੜਨ ਦੀ ਲੋੜ ਆ। ਜੇ ਕਿਸਾਨ ਅੱਜ ਬੈਠੇ ਨੇ ਦਿੱਲੀ ਦੇ ਵਿੱਚ, ਜਾਂ ਅਸੀਂ ਅਡਾਨੀ ਅੰਬਾਨੀ ਦਾ ਜਿਹੜਾ ਘਰਾਓ ਕੀਤਾ ਹੋਇਆ, ਜਾਂ ਕਈ ਜਗ੍ਹਾ ਦੇ ਉੱਪਰ ਅਸੀਂ ਬੈਠੇ ਹਾਂ, ਅਤੇ ਇੱਕ ਸੱਚੇ ਅਤੇ ਸਿੱਧਾ ਸਪਸ਼ਟ ਕਰ ਦੇਣਾ ਚਾਹੀਦਾ ਕਿ ਜਿਹੜਾ ਅੱਜ ਦੀ ਮਹਾਂਮਾਰੀ ਦਾ ਡਰ ਫੈਲਾਇਆ ਜਾ ਰਿਹਾ, ਠੀਕ ਹੈ ਕਰੋਨਾ ਹੋ ਸਕਦਾ, ਇੰਨਾ ਮਹਾਂਮਾਰੀ ਰੂਪ ਨਹੀਂ ਫੈਲਾਇਆ ਜਾ ਸਕਦਾ, ਉਹਦੇ ਨਾਲ ਇੰਨੀਆਂ ਮੌਤਾਂ ਹੀ ਹੋ ਸਕਦੀਆਂ, ਅਤੇ ਲੇਕਿਨ ਤਾਂ ਸਭ ਤੋਂ ਸਭ ਵੱਡਾ ਲੋਕਾਂ ਨੂੰ ਡਰਾ ਕੇ ਧਮਕਾ ਕੇ ਅੰਦਰ ਵਾੜ ਕੇ ਡਰਾਇਆ ਜਾ ਸਕਦਾ ਕੀਤਾ ਜਾ ਰਿਹਾ। ਅਤੇ ਇਹਦੇ ਪੰਜਾਬ ਸਰਕਾਰ ਵੀ ਪੂਰੀ ਜਿਹੜੀ ਹੈਗਾ ਅਤੇ ਬਰਾਬਰ ਦੀ ਹਿੱਸੇਦਾਰ ਆ, ਅਤੇ ਸਾਨੂੰ ਜੋ ਕੁਛ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਮੈਂ ਬੋਲ ਕੇ ਆਇਆ ਉਸ ਅਹਿਮਦਗੜ੍ਹ ਦੇ ਵਿੱਚ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ। ਇਹ ਸਰਕਾਰਾਂ ਦੇ ਜਿਹੜੇ ਮਾਪਦੰਡ ਨੇ, ਜੇ ਸਰਕਾਰ ਚਾਹੁੰਦੀ ਆ ਕਿ ਬਕਾਇਆ ਤੌਰ 'ਤੇ ਅਸੀਂ ਸੱਚੇ ਸੁੱਚੀ ਲੋਕਾਂ ਦੇ ਕਰਜ਼ਾ ਜਿਹੜੇ ਵਫ਼ਾਦਾਰ ਆ ਜਾਂ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹਾਂ, ਤਾਂ ਇਹਨਾਂ ਦੇ ਕੋਲ ਟੀਕੇ ਹੈ ਨਹੀਂ, ਇਹਨਾਂ ਦੇ ਕੋਲ ਤੁਹਾਨੂੰ ਦੇਣ ਲਈ ਰਾਸ਼ਨ ਹੈ ਨਹੀਂ, ਇਹਨਾਂ ਦੇ ਕੋਲ ਦੇਣ ਲਈ ਦਵਾਈਆਂ ਹੈ ਨਹੀਂ, ਤਾਂ ਇਸ ਕਰਕੇ ਇਹ ਗੰਦਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਸਾਨੂੰ ਉੱਥੇ ਸਾਨੂੰ ਉਸੇ ਪੰਥ ਡੱਕਿਆ ਜਾ ਰਿਹਾ। ਅਤੇ ਉਹ ਅਨਲਾਈਨੀ ਐਮਰਜੈਂਸੀ ਜਿਹੜੀ ਅਸੀਂ ਪਿਛਲੇ ਸਾਲ ਆਇਆ ਦਿਨਾਂ 'ਚ ਹੰਡਾ ਕੇ ਆਏ ਹਾਂ, ਉਹ ਅਸੀਂ ਦੁਬਾਰੇ ਆਪਣੇ ਉੱਪਰ ਲੈ ਕੇ ਜਾ ਰਹੇ ਹਾਂ। ਸੋ ਅੱਜ ਸੋਚਣ 'ਤੇ ਸਮਝੀ ਲੋੜ ਆ। ਮੈਂ ਇੰਨਾ ਕੁਝ ਕਹਿੰਦਾ ਤੁਹਾਡੇ ਨਾਲ ਇਸ ਗੱਲ ਦੀ ਗਵਾਹੀ ਦਿੰਦਾ ਕਿ ਆਹ ਉੱਠੋ, ਆਪਾਂ ਲੋਕਾਂ ਵਿੱਚ ਜਾਈਏ, ਦੁਕਾਨਦਾਰਾਂ ਨੂੰ ਸਮਝਾਈਏ ਕਿ ਜਿਹੜੀ ਅਲਾਨੀ ਜਿਵੇਂ ਦੱਸੀ ਆ ਉਹਦਾ ਆਪਾਂ ਬਾਈਕਾਟ ਕਰੀਏ। ਇੰਨਾ ਕੁਝ ਕਹਿੰਦਾ ਤੁਹਾਡਾ ਸਾਡਾ ਧੰਨਵਾਦ ਆ। ਅਤੇ ਆਈ ਗੱਲਾਂ ਕਰ ਕਹਿੰਦੇ ਜੋ ਜਨਤਾ ਜਿਹੜੇ ਲੋਕ ਲੜਦੇ ਨੇ ਉਹ ਜਿੱਤਦੇ ਨੇ, ਜੈ ਜਨਤਾ ਜੈ ਸੰਘਰਸ਼, ਜਿੱਤ ਲੜਨ ਵਾਲੇ ਲੋਕਾਂ ਦੀ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਜਿੰਦਾਬਾਦ। ਸ਼ਹੀਦਾਂ ਨੂੰ ਲਾਲ ਸਲਾਮ, ਕਾਗੋ ਦੇ ਸ਼ਹੀਦ ਅਮਰ ਹੈ, ਚਲ 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 ਚਲ।
ਮੁਰਦਾਬਾਦ ਮੁਰਦਾਬਾਦ ਮੁਰਦਾਬਾਦ